ਇੱਕ ਸੜਕੀ ਹਾਦਸੇ ਵਿੱਚ ਦਾਦਾ ਦਾਦੀ ਤੇ ਪੋਤੇ ਦੀ ਮੌਤ ਹੋ ਗਈ ਹੈ। ਇਹ ਦਰਦਨਾਕ ਹਾਦਸਾ ਹੁਸ਼ਿਆਰਪੁਰ ਦੇ ਕਸਬਾ ਹਰਣਾ ਦਾ ਦੱਸਿਆ ਜਾ ਰਿਹਾ, ਜਿੱਥੇ ਵਿਆਹ ਲਈ ਜਾ ਰਹੇ ਦਾਦੇ ਪੋਤੇ ਦੀ ਕਾਰ ਦਰਖਤ ਦੇ ਨਾਲ ਟਕਰਾ ਗਈ। ਹਾਦਸੇ ਦੌਰਾਨ ਇੱਕ ਗੰਭੀਰ ਜ਼ਖਮੀ ਹੋਇਆ ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ, ਜੋ ਜਾਣਕਾਰੀ ਮਿਲ ਰਹੀ ਹੈ। ਇੱਥੇ ਆਵਾਰਾ ਪਸ਼ੂ ਆਉਣ ਕਰਕੇ ਕਾਰ ਦਾ ਸੰਤੁਲਨ ਵਿਗੜਿਆ ਸੀ, ਜਿਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ। ਦਾਦਾ ਆਰਮੀ ਤੋਂ ਸੇਵਾ ਮੁਕਤ ਕੈਪਟਨ ਤੇ ਪੋਤਾ ਫੌਜ ਵਿੱਚ ਜਿਹੜੇ ਸੇਵਾਵਾਂ ਨਿਭਾਰੇ ਸੀ। ਭੈਣ ਦੇ ਵਿਆਹ ਲਈ ਛੁੱਟੀ ਤੇ ਆਇਆ ਸੀ ਮ੍ਰਿਤਕ ਸਾਹਿਲ। ਸਰਕਾਰੀ ਸਨਮਾਨਾਂ ਦੇ ਨਾਲ ਇਹਨਾਂ ਦਾ ਅੰਤਿਮ ਸੰਸਕਾਰ ਕਰਤਾ ਗਿਆ। ਉਹਨਾਂ ਦੀ ਪੋਤੀ ਦੀ ਮੈਰਿਜ ਸੀਗੀ, ਰਾਤ 12 ਵਜੇ ਤਾਂ ਅਸੀਂ ਇਕੱਠੇ ਸੀਗੇ। ਮੈਰਿਜ ਤੋਂ ਬਾਅਦ ਘਰ ਲਗਨ ਫੇਰੇ ਹੋਏ, ਡੋਲੀ ਗਈ। ਡੋਲੀ ਦੇ ਨਾਲ ਬ੍ਰਦਰ ਜਾਂਦਾ ਹੁੰਦਾ, ਕੈਪਟਨ ਸਾਹਿਬ ਵੀ ਜਿੱਦ ਕਰਨ ਲੱਗ ਪਏ ਕਿ ਮੈਂ ਵੀ ਪੋਤੀ ਦੇ ਨਾਲ ਫੇਰਾ ਪਾਉਣ ਜਾਣਾ। ਪਤਾ ਚੱਲਿਆ ਵੀ ਹਰਿਆਣੇ ਦੇ ਲਾਗੇ ਪੁਲ ਦੇ ਨਾਲ ਟਰੱਕ ਨੂੰ ਕਰੋਸ ਕਰ ਰਹੇ ਸੀ, ਮੂਹਰਿਓਂ ਗਾਈ ਆਈ, ਗਾਈ ਨੂੰ ਬਚਾਉਂਦਿਆਂ ਨੇ ਜਿਹੜੀ ਗੱਡੀ ਆ ਉਸ ਫਾਇਦੇ ਵਿੱਚ ਵੱਜੀ। ਟ੍ਰੇਨ ਦੇ ਨਾਲ JCB ਦੇ ਨਾਲ ਉਹਦੇ ਖਿੜਕੀ ਕੱਢੀ ਆ, ਖਿੜਕੀ ਤੋੜ ਕੇ ਉਹਨਾਂ ਨੂੰ ਕੱਢਿਆ। ਮੌਕੇ 'ਤੇ ਹੀ ਕੈਪਟਨ ਸਾਹਿਬ, ਕੈਪਟਨ ਰੋਸ਼ਨ ਲਾਲ ਤਾਂ ਉਹਨਾਂ ਦਾ ਪੋਤਰਾ ਸਾਹਿਲ ਪਟੋਚ, ਮੌਕੇ 'ਤੇ ਡੈਥ ਹੋ ਗਈ। ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੇ ਸਿਵਲ ਹੋਸਪਿਟਲ ਉਹਨਾਂ ਦੀ ਡੈੱਡ ਬੋਡੀ ਰੱਖੀ, ਦਾਦੀ ਨੂੰ ਸ਼ਿਵਮ ਹੋਸਪਿਟਲ ਲੈ ਕੇ ਗਏ। ਤੀਸਰਾ ਜਿਹੜਾ ਉਹਨਾਂ ਦਾ ਨਾਲ ਦੋਤਾ ਸੀ ਉਹਨੂੰ ਜਲੰਧਰ ਰੈਫਰ ਕਰ ਦਿੱਤਾ। ਹੁਣ ਹੁਣੇ ਪਤਾ ਲੱਗਾ ਜਿਹੜੇ ਇਲਾਜ ਸੀ, ਦਾਦੀ ਦੀ ਵੀ ਡੈਥ ਹੋ ਗਈ। ਇਸ ਏਰੀਏ 'ਚ ਬਹੁਤ ਮੰਦਭਾਗੀ ਇਹ ਘਟਨਾ ਹੋਈ ਆ।